This clip is going to be in Punjabi, so if you get confused what I'm saying, you can ask me later. Right now, what I'm going to start with, I thank you, everyone who came here on this occasion, where we're all doing as a neighbor to help our neighbors in Houston, Texas, or in their surrounding areas. So now I will speak in Punjabi. Satsang Jiyo, jo apna saryan ne akathe ho ke eh uprala kita hai, apna saryan da tvaade saryan da bahut bahut dhanwad, badi khushi di gal hai, je ke apna pehli wari sare gurdware rel ke chal rahe hain. Gurdwara Sacha Marg, Gurdwara Singh Sabha Renton, Gurdwara Bathil, Gurdwara Marysville, Gurdwara Linden, Gurdwara Tegh Bahadur, ਉਹਨਾਂ ਦੇ ਨਾਲ ਵੀ ਕੰਟੈਕਟ ਹੋਇਆ ਸੀ ਪਰ ਉਹਨਾਂ ਨੇ ਮੁੜ ਕੇ ਅਜੇ ਕੋਈ ਉਹਨਾਂ ਦਾ ਜਵਾਬ ਨਹੀਂ ਦਿੱਤਾ ਸੋ ਉਹ ਕਰ ਰਹੇ ਹਨ ਮੈਂ ਇੱਥੇ ਬੇਨਤੀ ਵੀ ਕਰਨੀ ਚਾਹੁੰਦਾ ਅਤੇ ਅਰਦਾਸ ਵੀ ਕਰਨੀ ਚਾਹੁੰਦਾ ਹਾਂ ਅਜੇ ਹੋਰ ਮਾਇਆ ਦੀ ਲੋੜ ਹੈ ਇਹ ਨਹੀਂ ਜੇ ਮਾਇਆ ਜਿਤਨੀ ਹੋ ਗਈ ਕਿ ਖਤਮ ਹਿਊਸਟਨ ਦੇ ਵਿੱਚ ਦੋ ਦਿਨ ਅਸੀਂ ਤਿੰਨ ਦਿਨ ਉੱਥੇ ਰਹੇ ਹਾਂ ਉੱਥੇ ਇਤਨਾ ਜਦ ਦੇਖ ਕੇ ਪਤਾ ਲੱਗਦਾ ਵੀ ਕਿੰਨੇ ਲੋਕਾਂ ਨੂੰ ਹਰਟ ਹੋਏ ਹਨ ਉਹਨਾਂ ਦੀ ਕਿੰਨੀ ਲੋੜ ਹੈ ਕਈ ਤਰ੍ਹਾਂ ਦੀ ਲੋੜ ਹੈ ਅੱਗੇ ਫੂਡ ਦੀ ਲੋੜ ਸੀ ਹੁਣ ਉਹ ਚੇਂਜ ਹੋ ਜਾਣੀ ਹੈ ਇਸ ਵੇਲੇ ਰੀਬਿਲਡਿੰਗ ਕਰਨਾ ਹੈ ਉਹਦੇ ਵਿੱਚ ਰੀਬਿਲਡ ਕਰਨ ਲਈ ਸਪਲਾਈਜ਼ ਚਾਹੀਦੀਆਂ ਬਿਲਡਿੰਗ ਸਪਲਾਈ ਚਾਹੀਦੀਆਂ ਆ ਸੋ ਮਾਇਆ ਜਿਹੜੀ ਆ ਮਾਇਆ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ ਜੇ ਆਪਾਂ ਫੂਡ ਵੀ ਉੱਥੇ ਭੇਜੀ ਹੈ ਜਦੋਂ ਉੱਥੇ ਗੁਰਦੁਆਰਿਆਂ ਦੇ ਵਿੱਚੋਂ ਅਜੇ ਵੀ ਜਾ ਰਹੀ ਹੈ ਹੌਟ ਫੂਡ ਵੀ ਜਾ ਰਹੀ ਹੈ ਉਹ ਐਵਰੀ ਡੇ 1000 ਤੋਂ 15000 1500 ਤੱਕ ਰੋਜ਼ ਹੌਟ ਫੂਡ ਜਾਂਦੀ ਹੈ ਡਿਫਰੈਂਟ ਡਿਫਰੈਂਟ ਚਰਚ ਦੇ ਵਿੱਚ ਸ਼ੈਲਟਰ ਦੇ ਵਿੱਚ ਕਾਨਫਰੰਸ ਸੈਂਟਰ ਦੇ ਵਿੱਚ ਪਰ ਉਸ ਤੋਂ ਇਲਾਵਾ ਜੋ ਮਾਇਆ ਇਸ ਵੇਲੇ ਤੁਸੀਂ ਦਿੱਤੀ ਹੈ ਗੁਰਦੁਆਰਾ ਸੱਚਾ ਮਾਰਗ ਦੀਆਂ ਸੰਗਤਾਂ ਅਤੇ ਯੂਨਾਈਟਿਡ ਸਿੱਖ ਨੇਸ਼ਨ ਜੋ ਇੱਥੇ ਆਪਣੀ ਲੋਕਲ ਔਰਗਨਾਈਜੇਸ਼ਨ ਹੈ ਉਹਨਾਂ ਨੇ 35000 ਤੋਂ ਵੱਧ ਅੱਜ ਤੱਕ ਮਾਇਆ ਦੀ ਸੇਵਾ ਕੀਤੀ ਹੈ ਅਤੇ ਉਸ ਤੋਂ ਉਪਰੰਤ ਗੁਰਦੁਆਰਾ ਰੈਂਟਨ ਸਿੰਘ ਸਭਾ ਤੋਂ ਵੀ ਅੱਜ 10000 ਦੀ ਚੈੱਕ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਪਾਇਆ ਹੈ ਬਾਥਲ ਵਾਲਿਆਂ ਨੇ 5000 ਤੋਂ ਉੱਪਰ ਮੇਰਾ ਖਿਆਲ ਸਿੱਧਾ ਯੂਨਾਈਟਿਡ ਸਿੱਖ ਨੂੰ ਭੇਜ ਦਿੱਤਾ ਉਹਨਾਂ ਦੇ ਆਫਿਸ ਨੂੰ ਮੈਰਿਸਵਲ ਵਾਲਿਆਂ ਨੇ 6000 ਤੋਂ ਉੱਪਰ ਇਕੱਠਾ ਕੀਤਾ ਹੈ ਪਰ ਇਹ ਨਹੀਂ ਪਤਾ ਉਹਨਾਂ ਨੇ ਭੇਜ ਦਿੱਤਾ ਹੈ ਜਾਂ ਆਪਾਂ ਨੂੰ ਦੇਣਾ ਜਾਂ ਇਕੱਠੇ ਹੋ ਕੇ ਆਪਾਂ ਇੱਥੋਂ ਹੋਰ ਚੀਜ਼ਾਂ ਬਾਹਰ ਖਰੀਦ ਕੇ ਭੇਜਣੀਆਂ ਹਨ ਸੋ ਲਿੰਦਨ ਵਾਲਿਆਂ ਨੇ ਵੀ ਅਜੇ ਨਹੀਂ ਦੱਸਿਆ ਕਿੰਨੇ ਮਾਇਆ ਇਕੱਠੀ ਕੀਤੀ ਹੈ ਪਰ ਉਹ ਵੀ ਜ਼ਰੂਰ ਕਰਨਗੇ ਸਾਰਿਆਂ ਦਾ ਮੈਂ ਸਾਰੇ ਗੁਰਦੁਆਰਾ ਸਾਹਿਬਾਂ ਦਾ ਪੰਜਾਬ ਸਪੋਰਟਸ ਕਲੱਬ ਵਾਲਿਆਂ ਨੇ ਅੱਜ ਹੀ $2100 ਦਾ ਚੈੱਕ ਜੋ ਯੂਨਾਈਟਿਡ ਸਿੱਖਸ ਦੇ ਨਾਂ 'ਤੇ ਲਿਖਿਆ ਹੈ ਉਹ ਉਹਨਾਂ ਨੂੰ ਸਿੱਧਾ ਚਲੇ ਜਾਣਾ ਹੈ ਸੋ ਜਿਹੜੀ ਚੈੱਕ ਯੂਨਾਈਟਿਡ ਸਿੱਖਸ ਦੇ ਨਾਂ ਗਈ ਹੈ ਉਹ ਉਹਨਾਂ ਨੂੰ